ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਚਾਚਾ ਬਿਸ਼ਨਾ ਤੇ ਮੇਰਾ ਨਾਂ ਚਾਚੀ ਅਤਰੋ ਜੀ। ਸੋ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਹੜੀ ਆ ਮਹਾਮਾਰੀ, ਭਿਆਨਕ ਬਿਮਾਰੀ ਜਿਹੜੀ ਕਰੋਨਾ ਫੈਲਿਆ ਹੋਇਆ, ਇਹਦੇ ਦੌਰਾਨ ਨਰਿੰਦਰ ਮੋਦੀ ਜੀ ਨੇ, ਸਾਡੇ ਪ੍ਰਧਾਨ ਮੰਤਰੀ ਸਾਹਿਬ ਜੀ ਨੇ ਲੋਕਡਾਊਨ ਕੀਤਾ ਹੋਇਆ। ਬਹੁਤ ਵਧੀਆ ਉਹਨਾਂ ਦਾ ਉਪਰਾਲਾ ਹੈ ਅਤੇ ਸ਼ਲਾਘਾਯੋਗ ਹੈ ਗੱਲ। ਅਤੇ ਉੱਥੇ ਹੀ ਪਿੰਡ ਸਰਿਆਲੀ, ਜੋ ਤਰਨ ਤਾਰਨ ਦੇ ਬਿਲਕੁਲ ਨਜ਼ਦੀਕ ਪੈਂਦਾ ਸਰਿਆਲੀ, ਅਤੇ ਉੱਥੋਂ ਦੇ ਸਰਪੰਚ ਸਾਹਿਬ ਮੌਲਕ ਸਿੰਘ ਸੰਧੂ ਸਾਹਿਬ, ਜੋ ਛੋਟੀ ਉਮਰ ਦੇ ਵਿੱਚ ਸਰਪੰਚੀ ਉਹਨਾਂ ਨੂੰ ਮਿਲੀ ਆ, ਅਤੇ ਇਹ ਛੋਟੀ ਉਮਰ ਦੇ ਵਿੱਚ ਉਹ ਸਰਪੰਚੀ ਨੂੰ ਬਾਖੂਬੀ ਨਾਲ ਨਿਭਾ ਰਹੇ ਨੇ ਅਤੇ ਗਰੀਬ ਪਰਿਵਾਰਾਂ ਦੀ ਮਦਦ ਕਰ ਰਹੇ ਨੇ, ਉਹਨਾਂ ਨੂੰ ਘਰ ਘਰ ਰਾਸ਼ਨ ਪਹੁੰਚਾ ਰਹੇ ਨੇ। ਉੱਥੇ ਉਹਨਾਂ ਦੇ ਨਾਲ ਉਹਨਾਂ ਦੇ ਪਤਵੰਤੇ ਸੱਜਣ ਉਹਨਾਂ ਦੀ ਬਾਂਹ ਫੜ ਕੇ ਸਾਥ ਦੇ ਰਹੇ ਨੇ, ਡਾਕਟਰ ਸਾਹਿਬ ਅਤੇ ਪੰਜਾਬ ਪੁਲਿਸ। ਸੋ ਉਹਨਾਂ ਬਾਰੇ ਸਾਡੇ ਬਲਦੇਵ ਜੀ ਦੱਸਣਗੇ, ਕਿਉਂਕਿ ਸਰਿਆਲੀ ਦੇ ਖੁਦ ਆਪ ਨੇ ਅਤੇ ਜ਼ਿਆਦਾ ਜਾਣਕਾਰੀ ਇਹਨਾਂ ਨੂੰ ਹੈ। ਹਾਂ, ਸਾਡੇ ਸਰਪੰਚ ਦਾ ਸਾਥ ਦੇ ਰਹੇ ਨੇ ਰਾਜਵੀਰ ਸਿੰਘ ਸੰਧੂ, ਘੋਦੀ ਸਿੰਘ ਸਰ ਮੈਂਬਰ, ਚਾਚਾ ਹਰਦੇਵ ਸਿੰਘ ਜੀ ਉਹਨਾਂ ਦੇ ਨਾਲ, ਦਵਿੰਦਰ ਸਿੰਘ ਜੀ ਬਲਾਕ ਸੰਮਤੀ ਮੈਂਬਰ ਉਹਨਾਂ ਦੇ ਨਾਲ, ਸੁਲੱਖਣ ਸਿੰਘ ਡਾਇਰੈਕਟਰ ਮਾਰ ਕਮੇਟੀ ਉਹਨਾਂ ਦੇ ਨਾਲ, ਸੁਰਿੰਦਰਪਾਲ ਸੁਖੀ ਜੀ ਅਤੇ ਹੋਰ ਵੀ ਬਹੁਤ ਸਾਰੇ ਸੱਜਣ ਜਿਹੜੇ ਪੰਚਾਇਤ ਮੈਂਬਰ, ਜਿਵੇਂ ਦਇਆ ਸਿੰਘ ਮੈਂਬਰ ਨੇ, ਸਰਦਾਰ ਕਪੂਰ ਸਿੰਘ ਨੇ, ਬਹੁਤ ਸਾਰਾ ਬਾਹਰ ਦੇ ਮੁਲਕਾਂ ਤੱਕ ਸਾਡੇ DSP ਸਰਦਾਰ ਅਵਤਾਰ ਸਿੰਘ ਸੰਧੂ ਸਾਹਿਬ ਹੋਣੀ, ਬਹੁਤ ਸਾਰਾ ਪੱਤੀ ਵੱਡਾ ਪਾਸਾ, ਜਿਵੇਂ ਸਾਰੇ ਪੱਤੀਆਂ ਦੇ ਨਗਰ ਨਾਲ ਕਰਕੇ ਯੋਗਦਾਨ ਦੇ ਕੇ ਬਹੁਤ ਸੋਹਣਾ ਉਪਰਾਲਾ ਕਰ ਰਹੇ ਨੇ। ਬਹੁਤ ਵਧੀਆ, ਆਹ ਤੇ ਬਹੁਤ ਵਧੀਆ ਜਿਹੜੀ ਕਿਸੇ ਦੀ ਮਦਦ ਕਰਨੀ ਹੈ, ਕਿਉਂਕਿ ਕਹਿੰਦੇ ਨੇ ਗਰੀਬ ਦਾ ਮੂੰਹ ਤੇ ਗੁਰੂ ਦੀ ਗੁਲਕ। ਸੋ ਇਸ ਕਰਕੇ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਹੈ, ਲੋੜਵੰਦਾਂ ਨੂੰ ਜਿਹੜਾ ਰਾਸ਼ਨ ਪਹੁੰਚਾ ਰਹੇ ਸਰਪੰਚ ਸਾਹਿਬ, ਤੁਹਾਨੂੰ ਸਲੂਟ ਹੈ। ਤੁਹਾਡੇ ਨਾਲ ਬਹੁਤ ਸਾਰੇ ਸੂਝਵਾਨ ਬੰਦੇ ਨਾਲ, ਜਿਹੜੇ ਮੁੰਡੇ ਆ ਜਨ ਆ ਗਿਆ, ਜਿਵੇਂ ਕਿ ਸਾਡੇ ਹਰਮੀਤ ਸਿੰਘ ਸੰਧੂ ਭਾਜੀ ਜਿਹਨੂੰ ਸੋਟਾ ਹੀ ਬੋਬੀ ਕਹਿੰਦੇ ਆ, ਸੇਮ ਸਿੰਘ ਡੇਰੀ ਵਾਲਾ, ਕਾਫੀ ਬੰਦੇ ਜਿਹੜੇ ਨਾਲ ਉਹ ਗਰੁੱਪ ਨਾਲ ਲੱਗ ਤੁਰਦੇ ਆ ਤੇ ਬਹੁਤ ਸੋਹਣਾ ਉਹਨਾਂ ਨੇ ਉਪਰਾਲਾ ਕੀਤਾ ਵਾ। ਬਾਕੀ ਉਹ ਨਾਕੇ ਲਾ ਕੇ ਵੀ ਬੜਾ ਸੋਹਣਾ ਲੋਕਾਂ ਨੂੰ ਡੀਲਿੰਗ ਕਰ ਰਹੇ, ਸਮਝਾ ਰਹੇ ਨੇ ਵੀ ਬਾਹਰ ਨਾ ਨਿਕਲੋ, ਘਰਾਂ 'ਚ ਰਹੋ, ਕਿਉਂਕਿ ਕਰੋਨਾ ਦੀ ਜਿਹੜੀ ਮਹਾਂਮਾਰੀ ਬਿਮਾਰੀ ਫੈਲ ਰਹੀ ਆ, ਇਹ ਤੋਂ ਬਚਾਅ ਕਰੋ। ਬਾਕੀ ਪੰਜਾਬ ਪੁਲਿਸ ਦਾ ਪੂਰਾ ਯੋਗਦਾਨ ਦੇ ਰਹੇ, ਪੰਜਾਬ ਪੁਲਿਸ ਸਾਡਾ ਯੋਗਦਾਨ ਦੇ ਰਹੀ ਆ, ਡਾਕਟਰ ਜਿੰਨੇ ਬੈਂਕਾਂ ਵਾਲੇ ਆ, ਅਸੀਂ ਸਾਰਿਆਂ ਨੂੰ ਪੈਰੀ ਪੈਣਾ ਕਰਦੇ, ਕਿਉਂ ਸਾਡੀ ਡਿਊਟੀ ਕਰਕੇ ਸਾਡੇ ਵਾਸਤੇ ਰਾਤ ਦਿਨ ਇਹ ਕੀਤੀ ਆ, ਇਹਨਾਂ ਨੂੰ ਅਸੀਂ ਸਲਾਮ ਕਰਦੇ ਹਾਂ। ਸਲਾਮ ਕਰਦੇ ਹਾਂ ਜੀ, ਅਤੇ ਤੁਸੀਂ ਵੀ ਵੱਧ ਤੋਂ ਵੱਧ ਇਹਨਾਂ ਦਾ ਸਹਿਯੋਗ ਦਿਓ, ਅਤੇ ਬਾਕੀ ਜਿਹੜੇ ਸ਼ਹਿਰ ਨੇ, ਡਿਸਟ੍ਰਿਕਟ ਨੇ, ਤੁਸੀਂ ਇਹਨਾਂ ਵਰਗੇ ਬਣੋ ਔਰ ਫੋਲੋ ਕਰੋ ਇਹ ਕਾਨੂੰਨ ਨੂੰ ਜੋ ਸਾਡੀਆਂ ਸਰਕਾਰਾਂ। ਬਾਕੀ ਇਹਦੇ ਵਿੱਚ ਕਹਿਣਾ ਚਾਹੁੰਦੀ ਹਾਂ ਵੀ ਧੰਨ ਧੰਨ ਬਾਬਾ ਚੌਥ ਪੀਰ, ਬਾਬਾ ਭੀਮ ਨਾਥ ਸਿੰਘ ਸਾਹਿਬ, ਬਾਬਾ ਰਾਮ ਸਿੰਘ, ਇਸ ਨਗਰ ਤੇ ਸਾਰੀ ਹਿੰਦੁਸਤਾਨ ਦੇ ਨਗਰ ਤੇ ਜਿੱਥੋਂ ਦਾ ਪੰਜਾਬੀ ਵੱਸਦੇ ਨੇ, ਮੇਹਰ ਭਰਿਆ ਹੱਥ ਰੱਖੇ, ਸੁਖ ਦੀ ਸ਼ਾਂਤੀ ਦੀ ਹਵਾ ਆਵੇ।